ਕਿ ਕਿਸੇ ਲੜਕੇ ਨੇ ਆਪਣੀ ਘਰਵਾਲੀ ਸਮੇਤ ਇੱਕ ਵਿਆਹ ਤੇ ਜਾਣਾ ਸੀ ਤਾਂ ਉਸਨੇ ਘਰ ਸਾਂਭਣ ਲਈ ਆਪਣੀ ਭੈਣ ਨੂੰ ਬੁਲਾ ਲਿਆ। ਜਿਵੇਂ ਕਿ ਅੱਜ ਕੱਲ੍ਹ ਲੜਾਈਆਂ ਵਾਲੇ ਕੁੱਤੇ ਰੱਖਣ ਦਾ ਸ਼ੌਂਕ ਬਹੁਤਿਆਂ ਨੇ ਪਾਲ ਰੱਖਿਆ, ਉਸ ਮੁੰਡੇ ਦਾ ਵੀ ਬੜਾ ਖਤਰਨਾਕ ਕੁੱਤਾ ਪਾਲਿਆ ਹੋਇਆ ਸੀ। ਪੈਲਸ 'ਚ ਜਾਣ ਲੱਗਿਆਂ ਕਹਿੰਦਾ, ਭੈਣੇ ਤੁਸੀਂ ਕੁੱਤੇ ਦੇ ਪਿੰਜਰੇ ਦੇ ਨੇੜੇ ਵੀ ਨਹੀਂ ਜਾਣਾ ਤੇ ਇਹਨੂੰ ਜੋ ਕੁਝ ਖਾਣ ਪੀਣ ਨੂੰ ਪਾਉਣਾ ਉਹ ਆਪਣਾ ਸੀਰੀ ਪਾਊ। ਇੰਨਾ ਕਹਿ ਕੇ ਜਾਣ ਲੱਗਾ ਪਿੰਜਰੇ ਨੂੰ ਜਿੰਦਰਾ ਲਾਉਣਾ ਭੁੱਲ ਗਿਆ। ਦਿਨੇ ਭੈਣ ਅੰਦਰ ਰਸੋਈ 'ਚ ਕੁਛ ਕਰ ਰਹੀ ਸੀ ਤੇ ਉਸਦਾ ਬੇਟਾ ਜੋ ਕਿ 8 ਸਾਲਾਂ ਤੋਂ ਬੜੀਆਂ ਸੁੱਖਣਾ ਸੁੱਕ ਕੇ ਲਿਆ ਸੀ, ਬਾਲ ਨਾਲ ਖੇਡਦਾ ਖੇਡਦਾ ਕੁੱਤੇ ਦੇ ਪਿੰਜਰੇ ਕੋਲ ਚਲਾ ਗਿਆ। ਕੁੱਤੇ ਨੇ ਜ਼ੋਰ ਨਾਲ ਪੰਜੇ ਮਾਰੇ ਤੇ ਪਿੰਜਰਾ ਖੁੱਲ ਗਿਆ। ਓਹ, ਮਾਸੂਮ ਨੂੰ ਦਬੋਚ ਲਿਆ, ਘੜੀਸ ਕੇ ਤੂੜੀ ਵਾਲੇ ਕਮਰੇ 'ਚ ਲੈ ਗਿਆ। ਭੈਣ ਆਂਢ ਗੁਆਂਢ 'ਚ ਲੱਭਦੀ ਫਿਰੇ ਤਾਂ ਸੀਰੀ ਆ ਕੇ ਕਹਿੰਦਾ, ਭੈਣੇ ਇੱਥੇ ਹੀ ਆਉਣਾ, ਮੈਂ ਪੱਠੇ ਪਾ ਲਵਾਂ ਫੇਰ ਭਾਲਦਾ ਉਸਨੂੰ। ਜਦ ਤੂੜੀ ਵਾਲੇ ਕਮਰੇ ਵੱਲ ਗਿਆ ਅੱਗੋਂ ਖੂਨ ਨਾਲ ਮੂੰਹ ਸਿਰ ਲਿਬੜੇ ਕੁੱਤੇ ਨੂੰ ਦੇਖ ਕੇ ਹੈਰਾਨ ਹੋਇਆ ਵੀ ਇਹ ਕਿਵੇਂ ਖੁੱਲ ਗਿਆ ਤੇ ਆਹ ਇਸਨੇ ਕੀ ਖਾ ਲਿਆ ਜੋ ਇੰਨਾ ਖੂਨ ਨਾਲ ਲਿਬੜਿਆ ਹੋਇਆ। ਛੇਤੀ ਦਿਨੇ ਕੁੱਤੇ ਨੂੰ ਪਿੰਜਰੇ ਵਿੱਚ ਬੰਦ ਕਰਕੇ ਅੰਦਰ ਵੜਿਆ ਤਾਂ ਕੀ ਦੇਖਦਾ, ਤੂੜੀ ਤੇ ਇੱਕ ਵਾਲਾਂ ਦਾ ਗੁੱਛਾ ਜਿਹਾ ਪਿਆ ਸੀ। ਜੋ ਫਰੋਲ ਕੇ ਦੇਖਣ 'ਤੇ ਪਤਾ ਲੱਗਾ ਕਿ ਮਾਸੂਮ ਦਾ ਜੂੜੇ ਵਾਲਾ ਸਿਰ ਸੀ ਜਿਹੜਾ ਉਸ ਖੂਨੀ ਪਿੱਟ ਬੁੱਲ ਤੋਂ ਬਚਿਆ ਸੀ। ਸੀਰੀ ਦੇਖ ਕੇ ਕੰਬ ਉੱਠਿਆ, ਤੂੜੀ ਵਾਲੇ ਕਮਰੇ 'ਚ ਵੜ ਕੇ ਹੀ ਵਿਆਹ ਗਏ ਮੁੰਡੇ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਮੁੰਡਾ ਉਸੇ ਵੇਲੇ ਭੱਜਿਆ ਆਇਆ ਤੇ ਆਉਂਦਿਆਂ ਹੀ ਪਹਿਲਾਂ ਕੁੱਤੇ ਨੂੰ ਗੋਲੀ ਮਾਰੀ, ਬਾਅਦ 'ਚ ਆਪਣੇ ਆਪ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ। ਸ਼ਾਇਦ ਇਹ ਸੋਚ ਕੇ ਕਿ ਹੁਣ ਭੈਣ ਦਾ ਦੁੱਖ ਨਹੀਂ ਦੇਖ ਪਾਵਾਂਗਾ ਤੇ ਉਸ ਨਾਲ ਨਜ਼ਰਾਂ ਕਿਸ ਤਰ੍ਹਾਂ ਮਿਲਾਵਾਂਗਾ। ਹੁਣ ਮੈਂ ਸੋਚ ਰਿਹਾ ਸੀ ਕਿ ਕਸੂਰਵਾਰ ਕੌਣ, ਇਹ ਕਿਸ ਤਰ੍ਹਾਂ ਦੇ ਸ਼ੌਂਕ ਪਾਲ ਰਹੇ ਹਾਂ ਅਸੀਂ। ਅਜਿਹੇ ਖੂਨੀ ਜਾਨਵਰ ਤੇ ਬੇਲੋੜੇ ਹਥਿਆਰਾਂ ਦਾ ਕਰੇਜ਼, ਇਹ ਕਿਸ ਤਰ੍ਹਾਂ ਦੀ ਮਾਨਸਿਕਤਾ ਬਣ ਗਈ ਹੈ ਸਾਡੀ। ਇਸ ਘਟਨਾ ਨੂੰ ਅਸੀਂ ਇਸ ਕਰਕੇ ਸਾਂਝਾ ਕੀਤਾ ਤਾਂ ਜੋ ਅਜਿਹੇ ਸ਼ੌਂਕ ਤੇ ਸੋਚ ਰੱਖਣ ਵਾਲਿਆਂ ਦੀਆਂ ਅੱਖਾਂ ਖੁੱਲ੍ਹਣ ਅਤੇ ਭਵਿੱਖ ਵਿੱਚ ਅਜਿਹੀ ਦਿਲ ਕੰਬਾਊ ਘਟਨਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।